ਸਰਸਾ ਦੇ ਜਿਹੜੇ ਡੇਰੇ ਚ ਨਹੀਂ ਗਿਆ, ਨਾ ਮੈਂ ਉੱਥੇ ਬੂਟਾ ਮੰਗਣ ਗਿਆ, ਨਾ ਮੈਂ ਸਰਸਾ ਡੇਰੇ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਚੁਣੇ ਗਏ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਬੀਤੇ ਦਿਨੀ ਦਿੱਤੇ ਇੱਕ ਬਿਆਨ 'ਚ ਕਿਹਾ ਹੈ ਕਿ ਉਹ ਡੇਰਾ ਸਿਰਸਾ ਤੇ ਗਏ ਹੀ ਨਹੀਂ ਹਨ। SGPC ਦੇ ਨਵੇਂ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਇਸ ਬਿਆਨ ਨੇ 7 ਮਹੀਨੇ ਪਹਿਲਾਂ ਹੋਈ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਗੋਬਿੰਦ ਸਿੰਘ ਲੌਂਗੋਵਾਲ ਕਹਿ ਰਹੇ ਨੇ ਕਿ ਉਹ ਕਦੇ ਡੇਰਾ ਸਿਰਸਾ ਗਏ ਹੀ ਨਹੀਂ ਅਤੇ ਨਾ ਹੀ ਉਹਨਾਂ ਨੇ ਕਦੀ ਡੇਰਾ ਸਿਰਸਾ ਦੇ ਹਮਾਇਤੀਆਂ ਤੋਂ ਵੋਟਾਂ ਹੀ ਮੰਗੀਆਂ ਹਨ। ਪਹਿਲਾਂ ਤੁਸੀਂ ਇੱਕ ਵਾਰ ਫਿਰ ਤੋਂ ਸੁਣੋ ਕਿ ਗੋਬਿੰਦ ਸਿੰਘ ਲੌਂਗੋਵਾਲ ਦਾ ਡੇਰਾ ਸਿਰਸਾ ਬਾਰੇ ਕੀ ਕਹਿਣਾ ਹੈ। ਕਦੇ ਇੱਕ ਸਰਸਾ ਦੇ ਜਿਹੜੇ ਡੇਰੇ 'ਚ ਨਹੀਂ ਗਿਆ, ਨਾ ਮੈਂ ਉੱਥੇ ਬੂਟਾ ਮੰਗਣ ਗਿਆ, ਨਾ ਮੈਂ ਸਰਸਾ ਡੇਰੇ ਗਿਆ। ਨਹੀਂ ਕੋਈ ਵੀ ਜਦੋਂ ਵੋਟਾਂ ਮੰਗਦੇ ਹਾਂ ਕੋਈ ਵੀ ਆ ਜਾਏ, ਹੁਣ ਇੱਥੇ ਅਸੀਂ ਅਪੀਲ ਕਰਦੇ ਹਾਂ, ਇੱਥੇ ਸਾਨੂੰ ਕੀ ਪਤਾ ਕੌਣ ਸਰਸਾ, ਕਿਸੇ ਨੂੰ ਵੀ ਕਹਿ ਸਕਦੇ ਹਾਂ। ਅੱਜ ਪ੍ਰਧਾਨ ਸਾਹਿਬ ਆਪਣੀ ਗਲਤੀ ਮੰਨ ਲਈ ਹੈ, ਉਹ ਗਲਤੀ ਦੀ ਸਜ਼ਾ ਭੁਗਤ ਲਈ ਹੈ ਜਿਹੜਾ ਪੇਪਰ ਮੇਰੇ ਕੋਲ ਹੈ। ਨਹੀਂ ਦੇਖੋ ਗੱਲ ਇਹ ਸਮਝੇ ਗੱਲ, ਉਹਨਾਂ ਨੇ ਦੋ ਗੱਲਾਂ ਬਚਨ ਆ ਗਿਆ, ਇੱਕ ਉਹਨਾਂ ਤੁਸੀਂ ਕਿਹਾ ਮੈਂ ਗਿਆ ਨਹੀਂ, ਉਹਨਾਂ ਨੇ ਕਹਿਤਾ ਉਹ ਗਏ ਨੇ, ਉਹਨਾਂ ਗਲਤੀ ਮੰਨ ਲਈ ਹੈ। ਮਤਲਬ ਇਹ ਦੁਖਦਾ ਇੱਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਇੱਕ ਸਰਵਉੱਚ ਤਖ਼ਤ ਦੇ ਦੋ ਬੰਦਿਆਂ ਦੀ ਗੱਲ ਹੈ ਜਿਹੜੀ ਸੁਪੰਥ ਨੂੰ ਭੰਬਣ ਭੁੱਜੇ ਥੋੜ੍ਹਾ ਪਾਉਂਦੀ ਹੈ। ਇਹ ਚੀਜ਼ ਨੂੰ ਮੈਂ ਸਮਝਣਾ ਵੀ ਇਹਨਾਂ ਬਾਰੇ ਕਲੀਅਰ। ਦੇਖੋ ਮੈਂ ਜਿਹੜਾ ਹੈ ਅਕਾਲ ਤਖ਼ਤ ਸਾਡਾ ਸਰਵਉੱਚ ਹੈ, ਉਹਨੂੰ ਮੈਂ ਕੁਝ ਨਹੀਂ ਕਹਿ ਸਕਦਾ, ਜੋ ਕੁਆਰਜਨ, ਪਰ ਮੈਂ ਕਹਿ ਸਕਦਾ ਮੈਂ ਸਰਸੀ ਨਹੀਂ। ਕਮੇਟੀ ਪ੍ਰਧਾਨ ਦਾ ਇਹ ਬਿਆਨ ਕਈ ਸਵਾਲ ਖੜ੍ਹੇ ਕਰਦਾ ਹੈ ਕਿ ਜੇਕਰ ਗੋਬਿੰਦ ਸਿੰਘ ਲੌਂਗੋਵਾਲ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸਿਰਸਾ ਨਹੀਂ ਗਏ ਤਾਂ ਉਹਨਾਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਨਖਾਹੀਆ ਕਰਾਰ ਕਿਉਂ ਦਿੱਤਾ ਗਿਆ। ਜੇ ਗੋਬਿੰਦ ਸਿੰਘ ਲੌਂਗੋਵਾਲ ਦੀ ਗਲਤੀ ਹੈ ਹੀ ਨਹੀਂ ਤਾਂ ਸਜ਼ਾ ਮਿਲਣ ਵੇਲੇ ਲੌਂਗੋਵਾਲ ਨੇ ਆਵਾਜ਼ ਕਿਉਂ ਨਹੀਂ ਚੁੱਕੀ। ਜੇ ਗੋਬਿੰਦ ਸਿੰਘ ਲੌਂਗੋਵਾਲ ਬੇਗੁਨਾਹ ਹਨ ਤਾਂ ਉਹਨਾਂ ਨੇ ਤਨਖਾਹੀਆ ਵਜੋਂ ਸਜ਼ਾ ਕਿਉਂ ਭੁਗਤੀ। ਜੇ ਗੋਬਿੰਦ ਸਿੰਘ ਲੌਂਗੋਵਾਲ ਦਾ ਇਹ ਬਿਆਨ ਸੱਚਾ ਹੈ ਤਾਂ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਾਂਚ ਕਮੇਟੀ ਨੇ ਸਹੀ ਢੰਗ ਨਾਲ ਜਾਂਚ ਨਹੀਂ ਕੀਤੀ ਕਿ ਜਾਂ ਫਿਰ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਬਿਨਾਂ ਗਲਤੀ ਤੇ ਕਿਸੇ ਸਿੱਖ ਨੂੰ ਵੀ ਤਨਖਾਹੀਆ ਕਰਾਰ ਦਿੱਤਾ ਗਿਆ ਹੈ। ਇਹ ਸਾਰੇ ਸਵਾਲ ਛੋਟੇ ਨਹੀਂ ਹਨ ਬਲਕਿ ਸਿੱਖਾਂ ਦੀਆਂ ਦੋ ਸਿਰਮੌਰ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਗਰਮਾ ਤੇ ਉੱਠੇ ਵੱਡੇ ਸਵਾਲ ਹਨ। ਗੋਬਿੰਦ ਸਿੰਘ ਲੌਂਗੋਵਾਲ ਇਸ ਵਕਤ ਸ਼੍ਰੋਮਣੀ ਸੰਸਥਾ ਦੇ ਪ੍ਰਧਾਨ ਹਨ, ਇਸ ਕਰਕੇ ਉਹਨਾਂ ਦੇ ਇਸ ਬਿਆਨ ਨੂੰ ਵੀ ਅਣਦੇਖਿਆ ਨਹੀਂ ਕੀਤਾ ਜਾ ਸਕਦਾ। ਬੀਤੇ ਦਿਨੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੋਬਿੰਦ ਸਿੰਘ ਲੌਂਗੋਵਾਲ ਨਾਲ ਅਕਾਲੀ ਲੀਡਰ ਪ੍ਰੇਮ ਸਿੰਘ ਚੰਦੂਮਾਜਰਾ ਵੀ ਮੌਜੂਦ ਸਨ। ਇਸ ਦੌਰਾਨ ਤਨਖਾਹੀਆ ਕਰਾਰ ਦੇਣ ਵਾਲੇ ਮੁੱਦੇ ਤੇ ਉਹਨਾਂ ਲੌਂਗੋਵਾਲ ਦਾ ਬਚਾਅ ਕਰਨ ਦੀ ਕੋਸ਼ਿਸ਼ ਵੀ ਕੀਤੀ। ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਨੇ ਇਹਨਾਂ ਨੂੰ ਬੇਗੁਨਾਹ ਕਰਕੇ ਬਰੀ ਕਰ ਦਿੱਤਾ ਸੀ। ਹਾਲਾਂਕਿ ਪ੍ਰੇਮ ਸਿੰਘ ਚੰਦੂਮਾਜਰਾ ਵੀ ਤਕਨੀਕੀ ਤੌਰ ਤੇ ਗਲਤ ਬਿਆਨ ਦੇ ਰਹੇ ਹਨ ਕਿਉਂਕਿ ਗੋਬਿੰਦ ਸਿੰਘ ਲੌਂਗੋਵਾਲ ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਬੇਗੁਨਾਹ ਸਾਬਤ ਨਹੀਂ ਕੀਤਾ ਗਿਆ ਸੀ ਬਲਕਿ ਦੋਸ਼ੀ ਮੰਨਦਿਆਂ ਸਜ਼ਾ ਲਾਈ ਗਈ ਸੀ ਜਿਹੜੀ ਕਿ ਉਹਨਾਂ ਨੇ ਸਾਰੇ ਲੀਡਰਾਂ ਸਮੇਤ ਪੂਰੀ ਕੀਤੀ ਸੀ। ਗੋਬਿੰਦ ਸਿੰਘ ਦੇ ਇਸ ਬਿਆਨ ਤੋਂ ਬਾਅਦ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੀ ਉਸ ਜਾਂਚ ਕਮੇਟੀ ਦੀ ਉਡੀਕ ਸਭ ਨੂੰ ਰਹੇਗੀ ਜਿਸ ਵਿੱਚ ਸਾਬਕਾ ਜਨਰਲ ਸਕੱਤਰ ਅਮਰਜੀਤ ਸਿੰਘ ਚਾਂਬਲਾ ਵੀ ਸ਼ਾਮਲ ਸਨ। ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਸ਼੍ਰੋਮਣੀ ਕਮੇਟੀ ਦੀ ਕੁਰਸੀ 'ਤੇ ਬੈਠਦਿਆਂ ਸਾਰ ਹੀ ਡੇਰਾ ਸਿਰਸਾ ਮਾਮਲੇ ਵਿੱਚ ਇੰਨਾ ਵੱਡਾ ਝੂਠ ਕਿਉਂ ਬੋਲਿਆ ਗਿਆ ਹੈ, ਹਰ ਕੋਈ ਹੁਣ ਇਸ ਦਾ ਜਵਾਬ ਲੱਭਣ ਵਿੱਚ ਲੱਗਾ ਹੋਇਆ ਹੈ। ਕਦੇ ਇੱਕ ਸਰਸਾ ਦੇ ਜਿਹੜੇ ਡੇਰੇ 'ਚ ਨਹੀਂ ਗਿਆ, ਨਾ ਮੈਂ ਉੱਥੇ ਵੋਟਾਂ ਮੰਗਣ ਗਿਆ, ਨਾ ਮੈਂ ਸਰਸਾ ਡੇਰੇ ਗਿਆ। ਨਹੀਂ ਕੋਈ ਵੀ ਜਦੋਂ ਵੋਟਾਂ ਮੰਗਦੇ ਹਾਂ ਕੋਈ ਵੀ ਆ ਜਾਏ, ਹੁਣ ਇੱਥੇ ਅਸੀਂ ਅਪੀਲ ਕਰਦੇ ਹਾਂ, ਇੱਥੇ ਸਾਨੂੰ ਕੀ ਪਤਾ ਕੌਣ ਸਰਸਾ, ਕਿਸੇ ਨੂੰ ਵੀ ਕਹਿ ਸਕਦੇ ਹਾਂ। ਨਿਊਜ਼ ਡੈਸਕ ਤੋਂ ਡਾਕਟਰ ਰਜਿੰਦਰ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।